ਮੈਂ ਤਕਰੀਬਨ ਕੈਨੇਡਾ ਨਹੀਂ ਗਿਆ ਤੇ ਆਸਟ੍ਰੇਲੀਆ ਤੇ ਅਮਰੀਕਾ ਨਹੀਂ ਗਿਆ, ਬਾਕੀ ਤਕਰੀਬਨ ਸਾਰੀ ਦੁਨੀਆ। ਅਸਲਾਮ ਵਾਲੇਕਮ ਦੋਸਤੋ, ਅੱਜ ਦੀ ਵੀਡੀਓ ਸ਼ੁਰੂ ਕਰਨੇ ਆ ਅੱਲਾਹ ਦੇ ਕਰੋ ਫਜ਼ਲ ਦੇ ਨਾਲ ਤੇ ਬੜੀ ਦੇਰ ਤੋਂ ਬਾਅਦ, ਬਹੁਤ ਟਾਈਮ ਤੋਂ ਬਾਅਦ ਆਪਣੇ ਪਿਆਰੇ ਜੀ ਅੰਕਲ ਕੋਲ ਆਏ ਹਾਂ। ਅੰਕਲ ਹੋਰਾਂ ਦੀ ਪਹਿਲਾਂ ਵੀ ਇੱਕ ਦੋ ਵੀਡੀਓ ਬਣਾਈ ਆ, ਪਹਿਲਾਂ ਘੋੜਿਆਂ ਦੇ ਕੰਮ 'ਤੇ ਇੱਕ ਫਾਰਮ 'ਤੇ ਲੱਗੇ ਰਹੇ, ਘੋੜਿਆਂ ਵਾਲੇ ਫਾਰਮ 'ਤੇ। ਅਤੇ ਮਾਲਕ ਠੀਕ ਨਹੀਂ ਸੀ, ਕੁਛ ਪੈਸੇ ਨਹੀਂ ਸਹੀ ਦਿੰਦਾ ਨਾ, ਅਤੇ ਅੰਕਲ ਹੋਰੀ ਹੁਣ ਮਾਸ਼ਾਅੱਲਾ ਇੱਕ ਡੇਅਰੀ ਫਾਰਮ 'ਤੇ ਆ ਜਾਂਦੇ ਨੇ ਅਤੇ ਇੱਥੋਂ ਮੈਂ ਅਕਸਰ ਦੁੱਧ ਖੜਨਾ। ਪਹਿਲਾਂ ਇੱਕ ਸਾਡਾ ਇੱਥੇ ਭਰਾ ਆਪਣਾ ਪੰਜਾਬੀ ਇੰਡੀਅਨ ਸੀ ਅਤੇ ਹੁਣ ਉਹਦੀ ਜਗ੍ਹਾ 'ਤੇ ਅੰਕਲ ਹੋਰੀ ਆਏ ਦੇ ਨੇ, ਅਤੇ ਮੈਂ ਕਿਹਾ ਚਲੋ ਅੰਕਲ ਹੋਰਾਂ ਕੋਲ ਨਾਲੇ ਦੁੱਧ ਲੈਣ ਆਏ ਦੇ ਹਾਂ, ਨਾਲੇ ਇੱਕ ਛੋਟੀ ਜਿਹੀ ਵੀਡੀਓ ਸ਼ੇਅਰ ਕਰ ਛੱਡਣੇ ਆ। ਅਤੇ ਇਹ ਅੰਕਲ ਹੋਰ ਇੱਕ ਛੋਟਾ ਜਿਹਾ ਕੰਟੇਨਰ ਆਪਣਾ ਬਣੇ ਦਾ, ਇਹਦੇ ਵਿੱਚ ਰਹਿੰਦੇ ਨੇ। ਇਹ ਇੱਕ ਹੀਟਰ ਲੱਗੇ ਦਾ, ਸਰਦੀ ਬੋੜੀ ਆ ਬਾਹਰ ਕਿਉਂਕਿ ਮੌਸਮ ਬਿਲਕੁਲ ਅੱਜ ਕੱਲ੍ਹ ਠੰਡਾ। ਅਤੇ ਬਾਕੀ ਗੱਲਾਂ ਕੁਛ ਅੰਕਲ ਹੋਰਾਂ ਕੋਲ ਪੁੱਛਣੇ ਆ ਇੱਥੇ, ਕੈਸੇ ਉਹਨਾਂ ਦਾ ਕੰਮ ਹੈ, ਕੈਸਾ ਡਿਊਟੀ ਦਾ। ਅਤੇ ਆਹ ਫਿਰ ਬੈਕ ਕੈਮਰਾ ਨੂੰ ਹੁਣ ਅੰਕਲ ਹੋਰਾਂ ਕੋਲ ਜਿਹੜੀਆਂ ਨਾ ਕੁਛ ਗੱਲਾਂ ਕਰਨੇ ਆ, ਅਤੇ ਬਾਅਦ 'ਚ ਤੁਹਾਨੂੰ ਬਹਾ ਬਾਹਰ ਦਾ ਵੀ ਜਿਹੜਾ ਨੂੰ ਬਹਾਨੇ ਆ, ਅਤੇ ਨਾਲੇ ਦੁੱਧ ਵਾਲੀ ਗੱਲ ਨੂੰ ਭਰ ਕੇ ਖੰਡੀਆਂ ਦੁੱਧ ਲੈਣ ਆਏ ਦੇ ਆ। ਅਤੇ ਆਹ ਫਿਰ ਅੰਕਲ, ਹਾਂਜੀ ਅੰਕਲ ਜੀ ਅਸਲਾਮ ਵਾਲੇਕਮ। ਵਾਲੇਕੁਮ ਅਸਲਾਮ ਜੀ, ਕੀ ਹਾਲ ਹੈ? ਅੱਲਾਹ ਪਾਕ ਦਾ ਕਰਮ ਹੈ, ਠੀਕ ਠਾਕ, ਖੈਰ ਖਰੀਆ। ਹੋਰ ਅੰਕਲ ਜੀ, ਫਿਰ ਮਤਲਬ ਕੰਮ ਕਿਵੇਂ ਚੇਂਜ ਕਰ ਲਿਆ? ਪਹਿਲਾਂ ਤੁਸੀਂ ਘੋੜਿਆਂ ਵਾਲੇ ਫਾਰਮ 'ਤੇ ਲੱਗੇ ਰਹੇ ਹੋ, ਮੈਂ ਤਾਂ ਫਿਰ ਪਾਕਿਸਤਾਨ ਚਲਾ ਗਿਆ ਅਤੇ ਮੈਂ ਵਾਪਸ ਆਇਆ ਤਾਂ ਸੁਣਿਆ ਇੱਥੇ ਆ ਗਏ ਦੇ ਹੋ। ਬਸ ਯਾਰ, ਸਾਦਾ ਜਿਹਾ ਆਦਮੀ ਆ, ਅੱਲਾਹ 'ਤੇ ਭਰੋਸਾ ਹੈ ਅਤੇ ਨਮਾਜ਼ ਪੜ੍ਹੀ ਦੀ ਹੈ, ਅੱਲਾਹ ਨੂੰ ਯਾਦ ਕਰੀਦਾ, ਅਤੇ ਜਦੋਂ ਕੋਈ ਮੁਸ਼ਕਿਲ ਹੁੰਦੀ ਹੈ ਅਤੇ ਅੱਲਾਹ 'ਕੇ ਦੁਆ ਖਰੀਦਾ, ਅੱਲਾਹ ਤਾਲਾ ਕੋਈ ਰਸਤਾ ਬਣਾ ਦਿੰਦਾ। ਉਹ ਆਦਮੀ ਘੋੜਿਆਂ ਦਾ ਕੰਮ ਸੀ, ਉਹਨੇ ਮੈਂ ਉਹਦੇ ਕੋਲ ਗਿਆ ਅਤੇ ਉਹਨੇ ਆਖਿਆ ਕਿ ਕੰਮ ਜਾਣਦੀ ਹੈ, ਕੰਮ ਕਰ ਘੋੜਿਆਂ ਦਾ ਕੀਤਾ ਜੇ ਕਦੀ ਕਿਸੇ ਨੇ? ਮੈਂ ਨਹੀਂ, ਮੈਂ ਨਹੀਂ ਕੀਤਾ। ਅਤੇ ਮੈਂ ਕੋਈ ਮੁਸ਼ਕਿਲ ਹੈ? ਕਹਿੰਦਾ ਨਹੀਂ, ਅਗਰ ਕੋਸ਼ਿਸ਼ ਕਰੋਗੇ ਤਾਂ ਫਿਰ ਆਸਾਨ ਵੀ ਹੋ ਜਾਵੇਗਾ। ਉਹ ਮੈਂ ਫਿਰ ਤਾਂ ਗੱਲ ਹੀ ਕੋਈ ਨਹੀਂ, ਫਿਰ ਮੈਂ ਬੜੀ ਮਿਹਨਤ ਕੀਤੀ ਦੋ ਤਿੰਨਾਂ ਮਹੀਨਿਆਂ ਦੇ ਵਿੱਚ, ਮੈਂ ਤਾਂ ਉੱਥੇ ਕੱਪ ਬਣ ਗਿਆ, ਯਾਨੀ ਕਿ ਹਰ ਚੀਜ਼ ਸਮਝ ਨਾ ਆਵੇ, ਘੋੜਿਆਂ ਦੀਆਂ ਚਾਲਾਂ, ਘੋੜਿਆਂ ਨੂੰ ਤੌਰ ਤਰੀਕੇ ਜੇ। ਮੈਂ ਅੱਲਾਹ 'ਤੇ ਭਰੋਸਾ ਕਰਨ ਵਾਲਾ ਆਦਮੀ ਹਾਂ। ਅੱਲਾਹ ਤਾਲਾ ਫਰਮਾਉਂਦਾ ਹੈ ਕਿ ਇਨ ਅੱਲਾਹ ਮੁਤਵੱਕਲੀਨ, ਜਿਹੜਾ ਅੱਲਾਹ ਤਾਲਾ 'ਤੇ ਭਰੋਸਾ ਕਰਦਾ ਹੈ, ਅੱਲਾਹ ਉਹਨੂੰ ਬੜਾ ਪਿਆਰ ਕਰਦਾ। ਅਤੇ ਜਿਹਨੂੰ ਅੱਲਾਹ ਪਿਆਰ ਕਰੇ ਤਾਂ ਫਿਰ ਬੜੇ ਤੋਹਫੇ ਮਿਲਦੇ ਨੇ ਅੱਲਾਹ ਵੱਲੋਂ। ਇੰਜੀ ਇੰਜੀ ਗੱਲ, ਅੱਲਾਹ ਕੋਲੋਂ ਮੈਨੂੰ ਇੰਨੇ ਨੇ ਤੋਹਫੇ ਮਿਲੇ ਨੇ ਕਿ ਮੈਨੂੰ ਅੱਲਾਹ ਤਾਲਾ ਨੇ ਹਰ ਜਗ੍ਹਾ ਇੱਜ਼ਤ ਦਿੱਤੀ ਹੈ। ਜਿਹੜੇ ਕੰਮ 'ਚ ਬਣਿਆ ਉਹ ਕੰਮ ਦੀ ਮੈਨੂੰ ਅੱਲਾਹ ਨੇ ਸਮਝ ਦਿੱਤੀ ਹੈ। ਕੁਰਾਨ ਸ਼ਰੀਫ ਮੈਂ ਹਰ ਚੀਜ਼ ਕੁਰਾਨ ਸ਼ਰੀਫ ਮੈਂ ਤਰਜਮੇ ਨਾਲ ਪੜ੍ਹਨਾ, ਇੱਕ ਇੱਕ ਹਰਫ ਕਰਕੇ ਪੜ੍ਹਨਾ ਵਾਂ। ਉਹਦੇ ਵਿੱਚ ਕੋਈ ਵੀ ਕੰਮ ਹੋਏ ਮੈਨੂੰ ਕੁਰਾਨ ਸ਼ਰੀਫ ਦੇ ਵਿੱਚ ਸਮਝ ਆ ਜਾਂਦੀ ਹੈ, ਉਹਦੇ ਤਰਜਮੇ ਦੇ ਵਿੱਚ ਪੜ੍ਹ ਕੇ। ਅੱਲਾਹ ਤਾਲਾ ਫਰਮਾਉਂਦਾ ਹੈ, ਮੇਰੇ ਬੰਦਿਓ, ਤੁਸੀਂ ਜਦੋਂ ਮੇਰੇ ਵੱਲੋਂ ਆਉਣ ਦੀ ਕੋਸ਼ਿਸ਼ ਕਰੋ ਤੇ ਮੈਂ ਤੁਹਾਨੂੰ ਆਪਣੇ ਰਸਤੇ ਬਣਾ ਦਿਆਂਗਾ। ਇੰਜੀ ਇੰਜੀ ਗੱਲ ਹੈ, ਇੰਜੀ ਗੱਲ। ਸਿਰਫ ਕਸੂਰ ਸਾਡਾ ਹੀ ਹੈ ਕਿ ਅਸੀਂ ਰੱਬ ਵੱਲ ਜਾਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਅਗਰ ਕੋਸ਼ਿਸ਼ ਕਰਨੀ ਆ ਤਾਂ ਉੱਤੋਂ ਉੱਤੋਂ, ਕਿਉਂਕਿ ਜਿੰਨਾ ਤੀਕਰ ਆਦਮੀ ਦਿਲੋਂ ਕੋਸ਼ਿਸ਼ ਨਾ ਕਰੇ ਉਹ ਆਪਣੇ ਮਕਸਦ ਨੂੰ ਨਹੀਂ ਪਹੁੰਚ ਸਕਦਾ। ਇੰਜੀ ਗੱਲ ਹੈ। ਲਿਹਾਜ਼ਾ ਮੈਂ ਕੁਰਾਨ ਸ਼ਰੀਫ ਤਰਜਮੇ ਨਾਲ ਪੜ੍ਹਨਾ। ਚਲੋ ਜੀ, ਅੱਲਾਹ ਪਾਕ ਸ਼ਾਮੀ ਵੀ, ਤੇ ਮੈਂ ਉਹ ਜਿਹੜਾ ਕੰਮ ਮੈਨੂੰ ਰੱਬ ਦਿੰਦਾ ਉਸ ਵਿੱਚ ਰੱਬ ਮੈਨੂੰ ਉਹਦੀ ਸਮਝ ਵੀ ਦੇ ਛੱਡਦਾ। ਮੈਂ ਦੁਨੀਆਂ ਦੇ ਉੱਤੇ ਦੂਸਰਿਆਂ ਮੁਲਕਾਂ 'ਚ ਵੀ ਕੰਮ ਕੀਤੇ ਨੇ। ਅੱਛਾ, ਇਹ ਡੇਅਰੀ ਫਾਰਮ ਦਾ ਕੰਮ ਅੱਗੇ ਕੀਤਾ ਤੁਸੀਂ ਕਿਤੇ? ਮੈਂ ਕਿਤੇ ਨਹੀਂ ਕੀਤਾ ਡੇਅਰੀ ਫਾਰਮ ਦਾ ਕੰਮ। ਤੇ ਇੱਥੇ ਆ ਕੇ ਜਦੋਂ ਤੁਸੀਂ ਆਏ ਹੋ, ਤੁਹਾਨੂੰ ਕੋਖਤ ਹੋਈ ਇਹਦੇ ਵਿੱਚ ਕਰਨ 'ਚ ਕੋਈ? ਮੈਂ ਆਇਆ ਆ ਕੇ ਦੋ ਚਾਰ ਦਿਨ, ਮੈਨੂੰ ਜ਼ਰਾ ਪਰੇਸ਼ਾਨੀ ਹੋਈ ਹੈ ਕਿ ਹਰ ਚੀਜ਼ ਨਵੀਂ ਨਵੀਂ ਅਤੇ ਮੇਰਾ ਮਤਲਬ ਕੀਤੀ ਹੋਈ ਨਹੀਂ ਸੀ। ਅਤੇ ਜਿਸ ਵੇਲੇ ਮੈਂ ਆਖਿਆ ਕਿ ਕੋਈ ਚੀਜ਼ ਮੁਸ਼ਕਿਲ ਹੈ ਹੀ ਨਹੀਂ, ਕਿਉਂਕਿ ਇਹ ਬੜੀ ਇੱਕ ਮਸ਼ਹੂਰ ਗੱਲ ਹੈ ਕਿ ਕੋਈ ਚੀਜ਼ ਇੰਪੋਸੀਬਲ ਨਹੀਂ ਅਗਰ ਬੰਦਾ ਕੋਸ਼ਿਸ਼ ਕਰੇ ਤਾਂ। ਮੈਂ ਮਿਹਨਤ ਕੀਤੀ ਅਤੇ ਮੈਂ ਜਿਹੜਾ ਇਹਨਾਂ ਵੱਧ ਗਿਆ, ਮੈਂ ਹਰ ਕੰਮ ਜਿਹੜਾ ਇਹਨਾਂ ਨੂੰ ਮੈਂ ਤੁਹਾਨੂੰ ਮਸ਼ਵਰੇ ਦੇਣਾ, ਬੜੇ ਬੜੇ ਵੱਡੇ ਕਾਪੂਆਂ ਨੂੰ ਹਰ ਚੀਜ਼ ਮੈਂ ਸਾਰਾ ਸੰਭਾਲ ਲਿਆ, ਕੰਮ ਡੇਅਰੀ ਫਾਰਮ ਦਾ ਸਾਰਾ ਛੋਟਾ ਮੋਟਾ। ਅੱਛਾ, ਤੁਹਾਡਾ ਡਿਊਟੀ ਦਾ ਕੀ ਟਾਈਮ ਹੈ, ਕੀ ਤੁਹਾਡਾ? ਬਸ ਇਹ ਕਿ ਸੁਬਹ ਸੁਬਹ ਉੱਠ ਕੇ ਸਭ ਤੋਂ ਪਹਿਲੇ ਮੱਝਾਂ ਗਾਵਾਂ ਨੂੰ ਕੱਢਣਾ, ਗਾਵਾਂ ਨੂੰ ਉਹਨਾਂ ਨੂੰ ਤਿਆਰ ਕਰਕੇ ਅਤੇ ਲਿਆਉਣਾ ਆਪਣਾ ਫਾਰਮ 'ਤੇ, ਉੱਥੇ ਫਿਰ ਸਾਰਾ ਉਹਨਾਂ ਨੂੰ ਮਸ਼ੀਨ ਦੇ ਉੱਤੇ ਲਿਆ ਕੇ ਅਤੇ ਉਹਨਾਂ ਨੂੰ ਆਪਣਾ ਕੱਢੀ ਜਾਣਾ, ਉੱਥੇ ਚੋਈ ਜਾਣਾ, ਕੱਢੀ ਜਾਣਾ, ਚੋਈ ਜਾਣਾ। ਕੋਈ 2 ਘੰਟੇ ਦਾ ਕੰਮ ਹੈਗਾ ਸੁਬਹ, 2 ਘੰਟੇ ਹਾਂ, 2 ਘੰਟੇ। ਉਹਦੇ ਬਾਅਦ ਆਪਣਾ ਜਿਹੜਾ ਸਾਰਾ ਸਫਾਈ ਸਫੂਈ ਕਰਕੇ, ਕਿਉਂਕਿ ਉਹ ਚੈਕਿੰਗ ਹੋ ਜਾਂਦੀ ਹੈ ਕੋਈ ਗੰਦ ਨਾ ਪਿਆ ਹੋਇਆ, ਹਰ ਚੀਜ਼ ਨੂੰ ਆਪਣੇ ਟਿਕਾਣੇ 'ਤੇ ਰੱਖ ਕੇ ਸਫਾਈ ਕਰਕੇ, ਫਿਰ ਕੋਈ ਨਾਸ਼ਤਾ ਨੁਸ਼ਤਾ ਕਰੀਦਾ, ਖਾਣਾ ਪੀਣਾ ਕਰਕੇ, ਉਹਦੇ ਬਾਅਦ ਫਿਰ ਥੋੜ੍ਹੇ ਬਹੁਤ ਪੱਠੇ ਛੱਠੇ ਪਾਉਣੇ, ਜੇ ਸਫਾਈ ਸਫੂਈ ਕਰਨੀ, ਅਤੇ 1-2 12 1:30 1 ਵਜੇ ਨਾਲ ਰੈਸਟ ਕਰਨਾ। ਉਹਦੇ ਬਾਅਦ ਫਿਰ ਇਹ
ਕੋਈ ਕੋਈ ਕਿਸ਼ਨਾਰੇ ਕਰਨਾ, ਕੋਈ ਖਾਣਾ ਪੀਣਾ ਬਣਾਉਣਾ, ਅਤੇ ਸ਼ਾਮੀ ਫਿਰ 5 ਵਜੇ ਨਾਲ ਸ਼ੁਰੂ ਕਰ ਦੇਣਾ, ਫਿਰ ਚੁਆਈ ਸਿਰਫ ਕਰਨੀ ਹੁੰਦੀ ਹੈ, ਚੁਆਈ ਕਰਕੇ ਅਤੇ ਫਿਰ ਘਰ ਆ ਜਾਣਾ। ਉਮਰ ਦੇ ਜੀ ਉਹਨਾਂ ਨੂੰ ਅੰਗੂਰ ਵੀ ਤੇਜ਼ੀ ਨਾਲ ਕੱਟ ਕੇ ਦਿੱਤਾ, ਇੱਥੇ ਵੀ ਆ ਕੇ ਕੰਮ ਕੀਤਾ। ਚੀਜ਼ ਹੈ ਵੇ ਕਿ ਜਦੋਂ ਅੱਲਾਹ ਤਾਲਾ ਤੇ ਭਰੋਸਾ ਕਰ ਲਵੋ ਨਾ, ਇੰਜੀ ਗੱਲ ਆ, ਕੋਈ ਚੀਜ਼ ਮੁਸ਼ਕਿਲ ਰਹਿੰਦੀ ਨਹੀਂ। ਹੁਣ ਉਹ ਲੱਗੀ ਦੀ ਮਸ਼ੀਨ ਬਾਹਰ, ਦੋਸਤੋ ਵੇਖਦੇ ਤੁਸੀਂ, ਮੈਂ ਗੱਲ ਕੱਟਣਾ ਤੇ ਮਸ਼ੀਨ ਲੱਗੀ ਦੀ ਹੋਵੇ, ਟਰੈਕਟਰ ਤੋਂ ਲੱਗੇ ਦੇ ਬਣਾ ਲੱਗੇ ਦੇ ਨੇ ਆਪੇ ਕਰਨ ਪੱਠੇ ਪੁੱਠੇ ਗਾਈਆਂ ਦੇ। ਅਤੇ ਇੱਧਰੋਂ ਇਹ ਬਾਹਰ ਦਾ ਸਿਸਟਮ ਤੁਹਾਨੂੰ ਵਿਖਾਈਏ, ਇਹ ਵੀ ਉਹਨਾਂ ਦੇ ਕੋਈ ਟਰੈਕਟਰ ਖਲੋਤੇ ਦੇ ਨੇ, ਇਹ ਥੱਲੇ ਇੱਧਰ ਮੇਰੀ ਗੱਡੀ ਖਲੋਤੀ ਦੀ ਆ, ਇਹ ਉਹਨਾਂ ਦੀ ਖੁਰਾਕ ਹੈ ਜਿਹੜੀ ਗਾਈਆਂ ਨੂੰ ਪਾਉਂਦੇ ਨੇ ਸਾਰੀ। ਅਤੇ ਵਾਹ, ਕਾਫੀ ਵੱਡਾ ਫਾਰਮ ਹੈ ਇਹਨਾਂ ਦਾ ਨਾ। ਇਹ ਅੰਕਲ ਨੂੰ ਜਿਸ ਰਿਹਾਇਸ਼ ਮਿਲੀ ਆ ਉੱਥੇ ਅੰਕਲ ਉਹਨਾਂ ਕੋਲ ਬੈਠੇ ਦੇ ਆ। ਅੰਕਲ ਜੀ, ਇਹ ਪੈਸੇ ਦਾ ਹੱਕ 'ਚ ਕੈਸੇ ਨੇ ਬੰਦੇ, ਕਿੰਨੇ ਮਹੀਨੇ ਹੋ ਗਏ ਤੁਹਾਨੂੰ ਇੱਥੇ? ਮੈਨੂੰ 5 ਮਹੀਨੇ ਹੋਣ ਲੱਗੇ ਨੇ। ਅੱਛਾ, 5 ਮਹੀਨਿਆਂ ਦੇ ਵਿੱਚ ਮਤਲਬ ਪੈਸੇ ਰੱਖ ਕੇ ਸਹੀ ਨੇ ਨਾ? ਪੈਸੇ ਰੱਖਦੇ ਸਹੀ ਨੇ। ਆ ਚਲੋ ਫਿਰ ਠੀਕ ਹੈ, ਤੇ ਘੋੜਿਆਂ ਵਾਲਾ ਮਾਲਕ ਤੇ ਨਹੀਂ ਸੀ ਪੈਸੇ ਰੱਖ ਕੇ ਸਹੀ? ਘੋੜਿਆਂ ਵਾਲਾ ਆਦਮੀ, ਉਹ ਵੀ ਮੈਂ ਪਤਾ ਲੱਗਿਆ ਉਹ ਸਹੀ ਆਦਮੀ ਸੀ, ਲੇਕਿਨ ਉਹਦੇ ਹਾਲਾਤ ਬੜੇ ਖਰਾਬ ਹੋ ਗਏ ਸਨ। ਉਹ ਜੂਆ ਸ਼ੂਆ ਬੜਾ ਖੇਡਦਾ ਤੇ ਉਹ ਭੁੱਖ ਪੈ ਗਈ ਸੀ ਉਹਨੂੰ। ਅਸਲ ਵਿੱਚ ਇਹ ਜਿਹੜਾ ਆਦਮੀ ਗਲਤ ਜਿਹੜੇ ਗਲਤ ਕੰਮ ਕਰੇ ਨਾ, ਉਹਦੇ ਸਭ ਸਬੱਬ ਵੀ ਗਲਤ ਹੋ ਜਾਂਦੇ ਨੇ। ਉਹਨੂੰ ਫਿਰ ਜੂਏ ਦੀ ਆਦਤ ਪੈ ਗਈ ਹੈ। ਜੇ ਤੋ ਹੁਣ ਮੈਨੂੰ ਉਹਦਾ ਡਾਕਟਰ ਸੀ ਆਇਆ ਤਾ ਪਰਸੋਂ, ਡਾਕਟਰ ਮੁਆਇਨਾ ਪਿਆ ਕਰਦਾ ਸੀ ਕਿ ਸਫਾਈ ਸਫੂਈ ਹੈ ਕਿ ਨਹੀਂ, ਗਾਈਆਂ ਸਾਫ਼, ਜੇ ਉਹ ਸਾਰਾ। ਘੋੜਿਆਂ ਦਾ ਕੰਮ ਸੌਖਾ ਹੀ ਆਇਆ, ਸੌਖਾ ਕੰਮ ਤੇ ਮਜ਼ਦੂਰੀ ਕਰਨੀ ਤੇ ਔਖੀ ਹੈ ਸਾਰੀ, ਹਰ ਤਰ੍ਹਾਂ ਦੀ ਮਜ਼ਦੂਰੀ ਕਰਨੀ ਹੈ ਨਾ। ਮੈਂ ਨੀ ਕਦੀ ਕੀਤਾ ਕਿ ਯਾਰ ਵੇਖੀ ਜਾਈ ਹੈ ਵੇਖੀ ਜਾਏਗੀ, ਨਹੀਂ। ਕੁਰਾਨ ਸ਼ਰੀਫ ਅੱਲਾਹ ਫਰਮਾਂਦਾ ਇਨ ਅੱਲਾਹ ਯੁਹਿੱਬੁਲ ਮੁਕਸਿਤੀਨ, ਜਿਹੜਾ ਇਨਸਾਫ਼ ਨਾਲ ਤੇ ਤਰੀਕੇ ਨਾਲ ਕੰਮ ਕਰਦਾ ਮੈਂ ਉਹਨੂੰ ਪਸੰਦ ਕਰਨਾ। ਹਾਂਜੀ ਹਾਂਜੀ, ਤੇ ਮੈਂ ਕਿਤੇ ਜਲਦੀ ਪੜ੍ਹ ਲਈ ਹੁੰਦੀ ਹੈ, ਕਦੀ ਛੁੱਟ ਵੀ ਜਾਂਦੀ ਹੈ, ਕੁਰਾਨ ਸ਼ਰੀਫ ਬੜੀ ਨਵਾਜ਼ ਪੜ੍ਹੀ ਦਾ, ਤੇ ਮਰ ਨਹੀਂ ਜਾਂਦੇ ਕਿ ਥੋੜ੍ਹਾ ਕੰਮ ਜ਼ਰਾ ਮਿਹਨਤ ਨਾਲ ਕਰ ਲਈਏ ਤੇ। ਆਹੋ, ਇਹ ਤੇ ਗੱਲ ਹੈ, ਇੰਜੀ ਗੱਲ ਆ, ਮਾਲਕ ਵੀ ਖੁਸ਼, ਵੱਡਾ ਮਾਲਕ ਰੱਬ ਵੀ ਖੁਸ਼, ਦਿਲ ਵੀ ਖੁਸ਼, ਜ਼ਮੀਰ ਵੀ ਖੁਸ਼। ਤੇ ਅਗਰ ਸਾਰੀ ਦੁਨੀਆਂ ਇਸੇ ਤਰੀਕੇ ਨਾਲ ਚੱਲ ਪਿਆ ਤੇ ਦੁਨੀਆਂ ਦੇ ਉੱਤੇ ਤਕਲੀਫ਼ ਹੈ ਹੀ ਕੋਈ ਨਹੀਂ। ਦੁਨੀਆਂ ਦੇ ਉੱਤੇ ਜਿਹੜਾ ਆਦਮੀ ਜੋ ਕੁਝ ਕਰਦਾ ਆਪਣੇ ਵਾਸਤੇ ਕਰਦਾ, ਮਾੜਾ ਕਰਦਾ ਉਹਨੂੰ ਅੱਗੇ ਆ ਜਾਂਦਾ, ਚੰਗਾ ਕਰਦਾ ਉਹਨੂੰ ਅੱਗੇ ਆ ਜਾਂਦਾ। ਮੈਂ ਆਪਣੇ ਇਸ ਭਾਈ ਆਸਫ਼ ਸਾਹਿਬ ਦੀ ਵਿਸਾਸਤ ਦੇ ਨਾਲ ਮੈਂ ਸਾਰੇ ਭੈਣਾਂ ਭਰਾਵਾਂ ਨੂੰ ਮੈਂ ਇੱਕ ਅਰਜ਼ ਕਰਨਾ ਕਿ ਸਾਰਾ ਕੰਮ ਜਿਹੜਾ ਨਿਜ਼ਤਾਂ ਨੇ ਮਰਾ ਦੇ। ਇੰਜੀ ਗੱਲ ਹੈ, ਨਹੀਂ ਤਾਂ ਬੰਦੇ ਦੇ ਸਹੀ ਨੇ, ਸਹੀ ਹੋ ਜੇ ਕਿ ਯਾ ਅੱਲਾ ਮੈਂ ਅਗਲੇ ਦਾ ਭਲਾ ਹੀ ਕਰਨਾ, ਨੁਕਸਾਨ ਨਹੀਂ ਕਰਨਾ, ਯਾ ਅੱਲਾ ਮੈਂ ਤੈਨੂੰ ਰਾਜ਼ੀ ਕਰਨਾ, ਤੈਨੂੰ ਨਾਰਾਜ਼ ਨਹੀਂ ਕਰਨਾ। ਤੇ ਗਲਤੀਆਂ ਵੀ ਹੋ ਜਾਂਦੀਆਂ ਨੇ, ਵੱਡੇ ਵੱਡੇ ਛੋਟੇ ਵੱਡੇ, ਲੇਕਿਨ ਉਹ ਕੰਮ ਇਨਸਾਨ ਦੀ ਇੱਜ਼ਤ, ਦੁਨੀਆਂ 'ਤੇ ਵੀ, ਮਰਨ 'ਤੇ ਵੀ, ਮਰਨ ਦੇ ਬਾਅਦ ਵੀ, ਤੇ ਹਰ ਚੀਜ਼ ਦਾ ਵੀ ਕੰਮ ਹੋ ਜਾਂਦੀ ਹੈ। ਲੇਕਿਨ ਤਕਲੀਫਾਂ ਤੇ ਆਉਂਦੀਆਂ ਨੇ, ਉਹ ਤੇ ਨਬੀਆਂ ਨੂੰ ਵੀ ਆਈਆਂ ਨੇ। ਇੰਜੀ ਗੱਲ ਹੈ, ਲੇਕਿਨ ਘਬਰਾਉਣਾ ਨਹੀਂ ਚਾਹੀਦਾ, ਆਪਣਾ ਤਰੀਕਾ ਸਹੀ ਰੱਖੋ। ਸਹੀ ਹੈ, ਹਰ ਕੰਮ ਦੇ ਵਿੱਚ ਇਹ ਰੱਖੋ ਕਿ ਖੁਦਾ ਦੇਖ ਰਿਹਾ ਤੇ ਉਸਨੂੰ ਸਹੀ ਤਰੀਕੇ ਨਾਲ ਕਰਨਾ ਹੈ। ਹੱਕ ਲਾ ਦੀ ਰੋਜ਼ੀ ਖਾਣੀ ਹੈ, ਕਮਾਉਣੀ ਹੈ, ਕਿਉਂਕਿ ਅੱਲਾ ਨੇ ਜਦੋਂ ਅੱਲਾ ਦੇ ਸਾਹਮਣੇ ਪੇਸ਼ ਹੋਣਾ, ਹਾਂ ਵੀ ਕਿਸ ਤਰ੍ਹਾਂ ਕਮਾਇਆ ਸੀ ਤੇ ਕਿੱਥੇ ਲਾਇਆ ਸੀ। ਇੰਜੀ ਗੱਲ ਹੈ, ਕੰਨਾਂ 'ਚ ਨਹੀਂ ਮਾਰਨਾ। ਜੋ ਆਦਮੀ ਕੰਨਾਂ 'ਚ ਮਾਰੇਗਾ, ਚੁੱਪ ਘੂਣਾ ਹੋ ਜਾਏਗਾ, ਉਹ ਆਪਣਾ ਵਾਸਤੇ ਨੁਕਸਾਨ ਕਰੇਗਾ। ਜਿਹੜਾ ਆਦਮੀ ਸਹੀ ਤਰੀਕੇ ਨਾਲ ਚੱਲੇਗਾ, ਉਹ ਆਪਣਾ ਹੀ ਫਾਇਦਾ ਕਰੇਗਾ। ਕਿਉਂਕਿ ਕੁਰਾਨ ਸ਼ਰੀਫ ਅੱਲਾ ਫਰਮਾਉਂਦਾ ਹੈ ਕਿ ਆ ਮੇਰੇ ਬੰਦਿਓ, ਮੈਂ ਤੁਹਾਡੀ ਤਖਤੀ ਜਿਹੜੀ ਹੈ ਨਾ ਤੁਹਾਡੇ ਗਲੇ 'ਚ ਲਟਕਾ ਦਿੱਤੀ ਹੈ। ਕੁਰਾਨ 'ਚ ਲਿਖਿਆ, ਜੋ ਕੁਝ ਬੋਲਦੇ ਹੋ, ਜੋ ਕਰਦੇ ਹੋ, ਜੋ ਸੋਚਦੇ ਹੋ, ਸਭ ਕੁਝ ਲਿਖਿਆ ਜਾ ਰਿਹਾ। ਤੇ ਜੋ ਆਦਮੀ ਕੋ ਮਾੜਾ ਕਰਦੇ ਹੋ, ਆਪਣੇ ਆਪ ਨੂੰ ਧੋਖਾ ਦੇ ਰਿਹਾ, ਚੰਗਾ ਕਰਦੇ ਆਪਣੇ ਫਾਇਦਾ ਕਰ ਰਿਹਾ। ਤੇ ਲਿਹਾਜ਼ਾ ਕੋਈ ਫਾਇਦਾ ਉਠਾਓ, ਲੇਕਿਨ ਦੁਨੀਆਂ 'ਤੇ ਤਕਲੀਫਾਂ ਆ ਜਾਣ, ਘਬਰਾਉਣਾ ਨਹੀਂ, ਪੁੱਠੇ ਕੰਮ ਨਹੀਂ ਸ਼ੁਰੂ ਕਰਦੇ ਨੇ, ਚੋਰੀਆਂ ਨਹੀਂ ਸ਼ੁਰੂ ਕਰਦੀ ਨੇ, ਭੁੱਖਿਆਂ ਰਹਿ ਰਹਿਣਾ, ਸਿੱਧੇ ਸਰ ਚੱਲਦੇ 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 ਰਹੋ, ਉਹ ਵੀ ਮੁੱਕ ਜਾਣੇ ਦਿਨ, ਚੰਗੇ ਵੀ ਮੁੱਕ ਜਾਣੇ ਦਿਨ, ਮੁੱਕ ਜਾਣੇ ਦਿਨ। ਨੀਤਾਂ ਦੀਆਂ ਮਰਾਦਾਂ ਨੇ ਜੀ, ਨੀਤ ਤੁਸੀਂ ਸਹੀ ਆ ਤੇ ਤੁਹਾਨੂੰ ਕਿਸੇ ਸ਼ਾਇਦ ਘਟਾ ਤੇ ਸ਼ੀਰਾ ਵਿੱਚ ਜਾ ਕੇ ਫਿਰ ਅੱਗੇ
ਬੇੜੇ ਉੱਥੇ ਵੀ ਪਾਰ ਦੇ ਇੱਥੇ ਵੀ ਪਾਰ ਇੱਥੇ ਸੌਖਿਆ ਔਖਾ ਵੀ ਬੰਦਾ ਅੱਛਾ ਪਾਸ ਹੋ ਜਾਂਦਾ ਜਦੋਂ ਆਦਮੀ ਦੀ ਨੀਤੋਂ ਕੰਮ ਕਰੇ ਲੇਕਿਨ ਆਦਮੀ ਜਦੋਂ ਨੀਤੋਂ ਕੰਮ ਸਹੀ ਨਾ ਕਰੇ ਉਹਦਾ ਸੌਖੇ ਵੇਲੇ ਵੀ ਉਹਨੂੰ ਸਕੂਨ ਕੋਈ ਨਹੀਂ ਹੈਗਾ ਤੇ ਮੇਰੀ ਤੇ ਇਹ ਭੈਣਾਂ ਭਰਾਵਾਂ ਨਿੱਜੇ ਤੁਹਾਨੂੰ ਅਰਜ਼ ਹੈਗੀ ਹੈ ਕਿ ਮੈਂ ਦੁਨੀਆਂ ਦੀ ਸਾਰੀ ਦੁਨੀਆਂ ਰੱਬ ਨੇ ਵਿਖਾਈ ਹੈ ਕੁਰਾਨ ਸ਼ਰੀਫ ਦਾ ਰੱਬ ਨੇ ਅੱਛਾ ਕਿਹੜੇ ਕਿਹੜੇ ਮੁਲਕ ਤੁਸੀਂ ਗਏ ਹੋ ਅੱਗੇ ਵੀ ਅੱਗੇ ਵੀਡੀਓ ਦੱਸਿਆ ਸੀ ਮੈਂ ਤਕਰੀਬਨ ਕੈਨੇਡਾ ਨਹੀਂ ਗਿਆ ਤੇ ਆਸਟ੍ਰੇਲੀਆ ਤੇ ਅਮਰੀਕਾ ਨਹੀਂ ਗਿਆ ਬਾਕੀ ਤਕਰੀਬਨ ਸਾਰੀ ਦੁਨੀਆਂ ਤੇ ਰਹੀ ਹੈ ਨਿਊਜ਼ੀਲੈਂਡ ਵੀ ਨਹੀਂ ਗਿਆ ਨਿਊਜ਼ੀਲੈਂਡ ਵੀ ਨਹੀਂ ਗਏ ਬਾਕੀ ਅਰਬਾਂ ਦੇ ਵਿੱਚ ਯੂਰਪ ਵਿੱਚ ਦੁਨੀਆਂ ਦਾ ਪਾਰ ਆਖਰੀ ਮੁਲਕ ਜਿਹੜਾ ਹੈ ਸਾਊਥ ਅਫਰੀਕਾ ਜੋਹਾਨਸਬਰਗ ਉੱਥੇ ਵੀ ਗਿਆ ਜਪਾਨ ਦਾ ਆਖਰੀ ਮੁਲਕ ਹੈ ਦੁਨੀਆਂ ਦਾ ਉੱਥੇ ਵੀ ਗਿਆ ਸਵੀਡਨ ਜਿਹੜਾ ਨਾਰਵੇ ਦੇ ਕੋਲ ਹੈ ਉੱਥੇ ਆਖਰੀ ਕਿਨਾਰਾ ਉੱਥੇ ਵੀ ਮੈਂ ਗਿਆ ਕੈਨੇਡਾ ਇੱਕ ਆਖਰੀ ਕਿਨਾਰੇ ਚੌਥਾ ਨਹੀਂ ਗਿਆ ਤੇ ਦੇਖੋ ਇਨਸਾਨ ਮੇਰੇ ਭੈਣ ਭਰਾਈਓ ਭਰਾਵੋ ਗੌਰ ਨਾਲ ਕਿ ਮੇਰੀ ਗੱਲ ਸੁਣੋ ਕਿਸੇ ਨੂੰ ਪਰਖਣਾ ਹੋਵੇ ਨਾ ਕਿ ਇਹ ਅਕਲਮੰਦ ਹੈ ਕਿ ਨਹੀਂ ਹੈ ਇਹ ਅੱਛਾ ਹੈ ਕਿ ਨਹੀਂ ਹੈ ਉਹਦਾ ਅਖਲਾਕ ਵੇਖੋ ਜਿਹੜਾ ਆਦਮੀ ਅੱਛਾ ਹੈ ਤੇ ਅੱਲਾ ਹੈ ਨਾ ਉਹਦਾ ਅਖਲਾਕ ਸਹੀ ਹੋਏਗਾ ਕਿਉਂਕਿ ਨਬੀ ਪਾਕ ਸੱਲਲਾਹੁ ਅਲੈਹਿ ਵਸੱਲਮ ਅਮੀਰੀ ਨਾ ਵੇਖੋ ਉਹਦੀ ਪੋਜੀਸ਼ਨ ਨਾ ਵੇਖੋ ਉਹਦੀ ਖੂਬਸੂਰਤੀ ਨਾ ਵੇਖੋ ਸਾਡੇ ਨਬੀ ਪਾਕ ਸੱਲਲਾਹੁ ਅਲੈਹਿ ਵਸੱਲਮ ਸਭ ਤੋਂ ਬਿਹਤਰੀਨ ਅਖਲਾਕ ਵਾਲੇ ਸਨ ਤੇ ਉਹਨਾਂ ਦਾ ਕਿਰਦਾਰ ਵੀ ਅੱਲਾ ਉਹਨਾਂ ਦੀਆਂ ਹਰ ਚੀਜ਼ਾਂ ਅੱਲਾ ਲਿਹਾਜ਼ਾ ਜਿਹੜੇ ਸਾਡੇ ਭੈਣਾਂ ਭਰਾਵਾਂ ਦੀਆਂ ਕੋਈ ਕਮੀਆਂ ਰਹਿ ਗਈਆਂ ਨੇ ਅਖਲਾਕ ਵਿੱਚ ਉਹਨੂੰ ਠੀਕ ਕਰੋ ਤੇ ਦੁਨੀਆਂ ਆਖਰ ਵਿੱਚ ਕਾਮਯਾਬੀ ਲਵੋ ਨਬੀ ਪਾਕ ਨੇ ਫਰਮਾਇਆ ਕਿ ਕਿਆਮਤ ਵਾਲੇ ਦਿਨ ਮਿਜ਼ਾਨ ਹੋਏਗਾ ਉੱਥੇ ਨੇਕੀਆਂ ਤੋਲੀਆਂ ਜਾਂਦੀਆਂ ਤੇ ਸਭ ਤੋਂ ਭਾਰੀ ਨੇਕੀ ਜਿਹੜੀ ਹੈ ਨਾ ਸਭ ਤੋਂ ਭਾਰੀ ਨੇਕੀ ਉਹ ਅਖਲਾਕ ਦੀ ਹੋਏਗੀ ਤੇ ਆਪਣਾ ਕੁਝ ਕਮਾ ਲਵੋ ਜੀ ਕੋਈ ਖਰਚਾ ਨਹੀਂ ਲੱਗਦਾ ਕੋਈ ਪੈਸਾ ਨਹੀਂ ਲੱਗਦਾ ਕੁਝ ਵੀ ਤੁਸੀਂ ਕਰਨਾ ਤੇ ਉਹਦੇ ਵਾਸਤੇ ਤੁਹਾਨੂੰ ਤਕਲੀਫ਼ ਕਰਨੀ ਪੈਂਦੀ ਜੀ ਤਕਲੀਫਾਂ ਤੇ ਪਹਿਲਾਂ ਨੇ ਨਾ ਫਿਰ ਆਸਾਨੀਆਂ ਬਾਅਦ ਚਲੋ ਅੰਕਲ ਜੀ ਵੀਡੀਓ ਲੰਮੀ ਹੋਣੀ ਚੱਲੀ ਥੱਲੇ ਚੱਲੀਏ ਚਲੋ ਜੀ ਦੋਸਤੋ ਹੁਣ ਚੱਲੇ ਥੱਲੇ ਦੁੱਧ ਭਰਾਈਏ ਅੰਕਲ ਹੋਰੀ ਵੀ ਨਾਲ ਆਉਣ ਲੱਗੇ ਨੇ ਹਾਲ ਤੁਹਾਨੂੰ ਬਾਹਰ ਦਾ ਸੀਨ ਬਹਾਰਨੇ ਆ ਦੋਸਤੋ ਆਹ ਬਾਹਰ ਦਾ ਮਾਹੌਲ ਆ ਜਿੱਥੇ ਗਾਈਆਂ ਚੋਂਦੇ ਨੇ ਇਸ ਜਗ੍ਹਾ ਤੇ ਲਿਆ ਕੇ ਗਾਈਆਂ ਦੀ ਧਾਰ ਕੱਢਦੇ ਨੇ ਤੇ ਸਾਰੀਆਂ ਗਾਈਆਂ ਇਹ ਗਾਈਆਂ ਨੇ ਸਾਰੀਆਂ ਅਤੇ ਇਹ ਟਰੈਕਟਰ ਇਸ ਟਾਈਮ ਪੱਠੇ ਬਣਾ ਰਿਹਾ ਇਹਦੇ ਵਿੱਚ ਸੁੱਟੇ ਦੇ ਨੇ ਪੱਠੇ ਉਹ ਚੱਲ ਰਹੀ ਆ ਮਸ਼ੀਨ ਇਹ ਵੇਖ ਸਕਦੇ ਤੁਸੀਂ ਇਹ ਵਿੱਚ ਵਿੱਚ ਪੱਠੇ ਹੋ ਰਹੇ ਨੇ ਇਹੋ ਚੁੱਕ ਕੇ ਦੇਣਾ ਨੇ ਅੱਗੇ ਸੁੱਟ ਦੇਣੇ ਨੇ ਗਾਈਆਂ ਦੇ ਅਤੇ ਕੁਛ ਛੋਟੇ ਡੰਗਰ ਇੱਥੇ ਢੱਕੇ ਦੇ ਨੇ ਕੰਮ ਬੜਾ ਔਖਾ ਹੁੰਦਾ ਡੇਅਰੀ ਫਾਰਮ ਦਾ ਅਤੇ ਥੱਲੇ ਗੰਦ ਵੀ ਬਹੁਤ ਜ਼ਿਆਦਾ ਹੁੰਦਾ ਤੁਸੀਂ ਵੇਖ ਸਕਦੇ ਹੋ ਖੋਬਾ ਅਤੇ ਚਿੱਕੜ ਕੀ ਹਿਸਾਬ ਹੁੰਦਾ ਇੱਥੇ ਡੇਅਰੀ ਫਾਰਮਾਂ ਦੇ ਕੰਮ ਇੰਜ ਦੇ ਹੁੰਦੇ ਨੇ ਅਤੇ ਡੇਅਰੀ ਫਾਰਮ ਦਾ ਕੰਮ ਮੈਨੂੰ ਤਾਂ ਬਹੁਤ ਔਖਾ ਲੱਗਦਾ ਵੈਸੇ ਦੇਖ ਸਕਦੇ ਹੋ ਤੁਸੀਂ ਹੁਣ ਦੋਸਤੋ ਇੱਥੋਂ ਪਾਉਂਦੇ ਹਾਂ ਦੁੱਧ ਤਾਂ ਜੋ ਕੋਹਾਂ ਢੱਕਣ ਤਾਂ ਜੋ ਕੋਹਾਂ ਢੱਕਣ ਟਕੜਾ ਚਲੋ ਬਥੇਰਾ ਸਾਡੇ ਵਾਸਤੇ ਦੁੱਧ ਭਰ ਲਿਆ ਬਹੁਤਾ ਪੈ ਗਿਆ ਦੁੱਧ ਡੁੱਲ ਗਿਆ ਥੱਲੇ ਜਦ ਤੱਕ ਰਹੀ ਅਤੇ ਇਨਸ਼ਾਅੱਲਾ ਤਾਂ ਵੀਡੀਓ ਪਸੰਦ ਆਈ ਹੋਗੀ ਅਗਲੀ ਵੀਡੀਓ ਤੱਕ ਆਪਣੇ ਭਰਾਉਣ ਦਿਓ ਇਜਾਜ਼ਤ ਅੱਲਾ ਹਾਫਿਜ਼।